ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਪਿੰਡ ਪੱਖੋਕੇ ਕਲਾ ਦੋ ਧਾਰਾਂ ਵਿੱਚ ਲੜਾਈ ਹੋਈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਸਾਡੇ ਨਾਲ ਪਰਿਵਾਰ ਮੈਂਬਰ ਨਾਲ ਉਹਨਾਂ ਨੂੰ ਪੂਰੀ ਮਾਮਲੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਸਰ ਕੀ ਨਾਮ ਹੈ ਤੇ ਕੀ ਪੂਰਾ ਮਾਮਲਾ ਹੋਇਆ ਵੀਰੇ ਮੇਰਾ ਨਾਮ ਜਸਦੀਪ ਸਿੰਘ ਹੈਗਾ ਮਾਮਲਾ ਕੋਈ ਐਡਾ ਖਾਸ ਹੈ ਨਹੀਂ ਸੀਗਾ ਥੋੜੇ ਬਣ ਵੱਡਾ ਗਿਆ ਮਾਮਲਾ ਕੋਈ ਮੈਂ ਆਪਣੀ ਜੈਦ ਮੰਨ ਕੇ ਚਲੋ ਵੀ ਜੈਦ ਬਹਿਸ ਹੋ ਜਾਏ ਮਾੜੀ ਮੋਟੀ ਉਹ ਸੀਗੀ ਵੀਰੇ ਵੀਰੇ ਉਹ ਸੀ ਜੈਦ ਬਹਿਸ ਵਾਲੀ ਗੱਲ ਸੀਗੀ ਉਹਦੇ ਵਿੱਚ ਚੱਲ ਐਂ ਹੁੰਦਾ ਗਾ ਚੱਲ ਕੋਈ ਚੱਲ ਮਾਰ ਗਿਆ ਬਾਂਹ ਤੋੜ ਗਿਆ ਯਾਰ ਹਾਂ ਮਾੜੀ ਮੋਟੀ ਚੀਜ਼ ਹੁੰਦੀ ਆ ਐਂ ਤਾਂ ਨਹੀਂ ਹੁੰਦਾ ਹੁਣ ਬਈ ਬੰਦੇ ਨੂੰ ਜਾਨੀ ਮਾਰਦੀ ਹੈ ਇਹ ਗੱਲ ਗਲਤ ਹੈ ਵੀਰੇ ਸਰੇਆਮ ਅਸੀਂ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਵੀ ਬੰਦੀ ਕਾਰਵਾਈ ਇਹ ਚੀਜ਼ 'ਤੇ ਕੀਤੀ ਜਾਵੇ ਹਜੇ ਤੱਕ ਉਹ ਬੰਦੇ ਗ੍ਰਿਫਤਾਰ ਨਹੀਂ ਹੋਏ ਵੀਰੇ ਪਰਿਵਾਰ ਮੈਂਬਰ ਕੌਣ ਕੌਣ ਰਹੇ ਪਰਿਵਾਰ ਮੈਂਬਰ 'ਚ ਵੀਰੇ ਡੈਡੀ ਅਤੇ ਮੰਮੀ ਰਹਿ ਗਏ ਸਿਸਟਰ ਬਾਹਰ ਨੇ ਉਹਨਾਂ ਦੇ ਬਸ ਮੰਨ ਕੇ ਚਲੋ ਬਸ ਘਰ ਖਰਾਬ ਹੀ ਹੋ ਗਿਆ ਵੀਰੇ ਹੁਣ ਤਾਂ ਹੈ ਨਾ ਪਿੱਛੇ ਕੌਣ ਰਹਿ ਗਿਆ ਜਿਹਦੇ ਲਈ ਕਮਾਉਣਾ ਸੀ ਵੀਰੇ ਜਦੋਂ ਉਹੀ ਨਹੀਂ ਰਿਹਾ ਹੁਣ ਕੀ ਉਹਨਾਂ ਦੀ ਕਮਾਈ ਕਰਨੀ ਹੈਗੀ ਸਾਡੇ ਨਾਲ ਹੋਰ ਵੀ ਅੱਗੋਂ ਉਹਨਾਂ ਨਾਲ ਵੀ ਗੱਲ ਕਰਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਕਹਿਣਾ ਤਾਂ ਇਹੀ ਚਾਹੁੰਦੇ ਦੇਖੋ ਅੱਜ ਜਿਹਦਾ ਪੁੱਤ ਮਰਿਆ ਉਹਨਾਂ ਨੂੰ ਪੁੱਛ ਕੇ ਦੇਖੋ ਯਾਰ ਕੀ ਬੀਤਦੀ ਆ ਉਹਦੇ ਇਕੱਲਾ ਇਕੱਲਾ ਅਗਲੇ ਦਾ ਮੁੰਡਾ ਮਾਰਤਾ ਵੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਯਾਰ ਜਿੰਨੀ ਬਣਦੀ ਕਾਰਵਾਈ ਆ ਜਿਹੜੇ ਬੰਦੇ ਹੈਗੇ ਸੀ ਇਹ ਵੀ ਨਹੀਂ ਕੋਈ ਨੱਕੇ ਪਾਏ ਜਾਣ ਜਿਹੜੇ ਹੈਗੇ ਸੀ ਉਹਨਾਂ ਦੇ ਸਾਰਿਆਂ 'ਤੇ ਬਣਦੀ ਕਾਰਵਾਈ ਕਿੰਨੇ ਜ਼ਖਮੀ ਹੋਏ ਅਤੇ ਕਿੰਨੇ ਦੀ ਡੈਥ ਹੋਈ ਪੰਜ ਜਣੇ ਜ਼ਖਮੀ ਨੇ ਜੀ ਇੱਕ ਮੁੰਡੇ ਦੀ ਡੈਥ ਹੋਈ ਅਤੇ ਕੀ ਹੁਣ ਪੋਸਟਮਾਰਟਮ ਵਗੈਰਾ ਹੋ ਗਿਆ ਨਹੀਂ ਹੋਇਆ ਵੀ ਪੋਸਟਮਾਰਟਮ ਹੋਇਆ ਨਹੀਂ ਉਹਨਾਂ ਟਾਈਮ ਪਰਿਵਾਰ ਕਹਿੰਦਾ ਵੀ ਅਸੀਂ ਹੋਣ ਨਹੀਂ ਦਿੰਦੇ ਜਿੰਨਾ ਟਾਈਮ ਬਣਦੀ ਕਾਰਵਾਈ ਉਹਨਾਂ 'ਤੇ ਹੁੰਦੀ ਨਹੀਂ ਸਾਡੇ ਨਾਲ ਹੋਰ ਵੀ ਮੈਂਬਰ ਹਾਂਜੀ ਕੀ ਕਹਿਣਾ ਚਾਹੁੰਦੇ ਇਹ ਲੜਾਈ ਹੋਈ ਆ ਉੱਥੇ ਉੱਥੇ ਸਕਾਰਪੀਓ ਗੱਡੀ ਆਈ ਆ ਉਹ ਮੁੰਡੇ 'ਤੇ ਚੜ੍ਹਾਈ ਗਈ ਆ ਜੀ ਸਕਾਰਪੀਓ ਗੱਡੀ ਸਿੱਧੀ ਲੈ ਕੇ ਵਿੱਚ ਮਾਰੀ ਗਈ ਆ ਉਹ ਗੱਡੀ 'ਤੇ ਚੜ੍ਹਾ ਕੇ ਬੰਦੇ ਦੇ ਉੱਤੋਂ ਦੀ ਨੰਘਾ ਕੇ ਜੀ ਉਸ ਤੋਂ ਬਾਅਦ ਉੱਤਰੇ ਰਾੜਾਂ ਰੂੜਾਂ ਮਾਰੀਆਂ ਜੀ ਸਾਰਿਆਂ ਦੇ ਰਾੜਾਂ ਰੂੜਾਂ ਮਾਰੀਆਂ ਜਿੰਨੇ ਬੰਦੇ ਜਦੋਂ ਸਾਰੇ ਖਿੰਡ ਗਏ ਗੱਡੀ ਨਿਕਲੀ ਜਿਹੜਾ ਬੰਦਾ ਮਰਿਆ ਉਹਦੇ ਨਾਲ ਦੇ ਸੀ ਦੋ ਬੰਦੇ ਜੀ ਉਹ ਮੋਟਰਸਾਈਕਲ ਲੈ ਕੇ ਰੋਡ 'ਤੇ ਜਾ ਰਹੇ ਸੀ ਉਹਨਾਂ ਨੇ ਸਕਾਰਪੀਓ ਗੱਡੀ ਵਿੱਚ ਮਾਰੀ ਜੀ ਉਹ ਬੰਦੇ ਵੀ ਭੜਕਾ ਕੇ ਪਾਸੇ ਮਾਰੇ ਉਹ ਵੀ ਦੋ ਬੰਦੇ ਜ਼ਖਮੀ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਖਿੱਚੀ ਉਹ ਜਿਹੜਾ ਮੁੰਡਾ ਜੱਸੂ ਦੀ ਡੈਥ ਹੋਈ ਆ ਉਹਦੇ ਨਾਲ ਦੀ ਗੱਡੀ ਸੀ ਜੀ ਬਲੈਰੋ ਗੱਡੀ ਉਹਦੇ ਮੂਹਰੇ ਲਾ ਕੇ ਰੋਕੀ ਗੱਡੀ ਰੋਕੀ ਉਹਦੇ ਰਾੜਾਂ ਮਾਰੀਆਂ ਜੀ ਗੱਡੀ ਭੰਨੀ ਕਿੰਨੇ ਕੀ ਜਾਣਿਆਂ ਨੇ ਹਮਲਾ ਕੀਤਾ ਉੱਥੇ ਹਮਲਾ ਤਾਂ ਵੀਰੇ ਪੰਜ ਗੱਡੀਆਂ ਸੀ ਤੁਸੀਂ ਆਪ ਲਾ ਲਓ ਸਕਾਰਪੀਓ 'ਚ ਨੌ ਬੰਦੇ ਸੀਗੇ ਅਤੇ ਬਾਕੀ ਜਿਹੜੀਆਂ ਚਾਰ ਗੱਡੀਆਂ ਰਹਿ ਗਈਆਂ ਉਹਨਾਂ 'ਚ ਲਾ ਲਓ ਬੰਦੇ ਕਿੰਨੇ ਸੀ ਅਤੇ ਗੱਡੀ ਵੀਰੇ ਤੂੰ ਐਂ ਹਿਸਾਬ ਲਾ ਲਾ ਵੀ ਅੱਗ ਅੰਗ ਵੀ ਲੰਘੀ ਆ ਅਤੇ ਨਾ ਐਂ ਦੇਖਿਆ ਕੋਈ ਮਰਦਾ ਕਿ ਬਚਦਾ ਗਾਹਾਂ ਜਾ ਕੇ ਬਲੈਰੋ ਘੇਰੀ ਆ ਉਹ ਬਲੈਰੋ ਵਾਲੇ ਬੰਦੇ ਨੇ ਬੈਕ ਕਰਕੇ ਚੌਂਕੀ ਮੂਹਰੇ ਲਾਤੀ ਉਹਦਾ ਹਲੇ ਵੀ ਸ਼ੀਸ਼ਾ ਫੁੱਟਿਆ ਹੋਇਆ ਗਾ ਅਤੇ ਕਿੱਥੇ ਲੜਾਈ ਮੇਨ ਲੜਾਈ ਹੋਈ ਕਿੱਥੇ ਕਿਹੜੇ ਪਿੰਡ ਮੇਨ ਲੜਾਈ ਪਿੰਡ ਪੱਖੋਗੇ ਵਿਖੇ ਵੀਰੇ ਮੰਡੀ 'ਚ ਹੋਈ ਆ ਜੀ ਇਹ ਸੀ ਪਰਿਵਾਰ ਮੈਂਬਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਦਰ ਦੇ SSO ਸਾਡੇ ਨਾਲ ਉਹਨਾਂ ਤੋਂ ਪੂਰੀ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਸਰ ਦੈਨਿਕ ਸਵੇਰਾ 'ਤੇ ਸਵਾਗਤ ਹੈ ਸਰ ਕੀ ਪੂਰਾ ਮਾਮਲਾ ਜੀ ਇਹ ਕੱਲ੍ਹ ਸਾਨੂੰ 10 ਵਜੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਪੱਖੋਕੇ ਅਨਾਜ ਮੰਡੀ ਵਿਖੇ ਲੜਾਈ ਹੋਈ ਹੈ ਜਿਸ 'ਤੇ ਮੈਂ ਖੁਦ ਸਾਡਾ ਚੌਂਕੀ ਇੰਚਾਰਜ SA ਬਲਜੀਤ ਸਿੰਘ ਸਾਡੀਆਂ ਟੀਮ ਮੌਕੇ 'ਤੇ ਪਹੁੰਚੀਆਂ ਜਿੱਥੇ ਸਾਨੂੰ ਪਤਾ ਲੱਗਿਆ ਕਿ ਉੱਥੇ ਇੱਕ ਮਾਮੂਲੀ ਗੱਲ ਤੋਂ ਡੈੱਕ ਵਜਾਉਣ 'ਤੇ ਰੋਕਣ ਦੇ ਕਾਰਨ ਦੋ ਤਰ੍ਹਾਂ ਦੀ ਲੜਾਈ ਹੋਈ ਹੈ ਜਿਸ ਵਿੱਚ ਰਮਨਜੀਤ ਸਿੰਘ ਰਮਨਾ ਅਤੇ ਉਸਦੇ ਸਾਥੀਆਂ ਵੱਲੋਂ ਜਸਮੀਨ ਸਿੰਘ ਜੱਸੂ ਥਾਣਾ ਭੋਲਾ ਸਿੰਘ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲੈ ਕੇ ਆਏ ਤਾਂ ਉਸਨੂੰ ਡਾਕਟਰਾਂ ਨੂੰ ਬਲੱਡ ਡੈੱਡ ਘੋਸ਼ਿਤ ਕੀਤਾ ਗਿਆ ਅਸੀਂ ਮੌਕੇ 'ਤੇ ਜੋ ਉਸ ਮੌਕੇ ਸਾਨੂੰ ਸਿਵਿਕ ਮਿਲੇ ਪਹੁੰਚੇ ਐਕਸਪਰਟ ਬੁਲਾ ਕੇ ਸਾਰੇ ਐਵੀਡੈਂਸ ਕਲੈਕਟ ਕੀਤੀ ਹੈ ਅੱਜ ਉਹਦਾ ਅਸੀਂ ਜਿਸਦੇ ਪਿਤਾ ਦੇ ਬਿਆਨ 'ਤੇ ਗੁਰਚੰਦ ਸਿੰਘ ਦੇ ਬਿਆਨ 'ਤੇ ਅਸੀਂ FIR ਨੰਬਰ 144 ਅੰਡਰ ਸੈਕਸ਼ਨ 103 BNS ਦਰਜ ਕਰਕੇ 12 ਦੋਸ਼ੀਆਂ ਬਾਈ ਨੇਮ ਅਤੇ 5-7 ਨਾਮਲੂਮ ਵਿਅਕਤੀਆਂ ਖਿਲਾਫ਼ ਦਰਜ ਕਰਕੇ ਅਸੀਂ ਦਰਜ ਕੀਤੀ ਗਈ ਹੈ ਅਤੇ ਹੁਣ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ ਲਾਸਟ ਦਾ ਪੋਸਟਮਾਰਟਮ ਕਰਕੇ ਦੋਸ਼ੀਆਂ 'ਤੇ ਅਸੀਂ ਰੇਡ ਕਰਵਾ ਰਹੇ ਹਾਂ ਤਾਂ ਕਿ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਬਣ ਦੀ ਸਜ਼ਾ ਦਵਾਈ ਹੈ ਸਰ ਪਰਿਵਾਰ ਮੈਂਬਰ ਵੱਲੋਂ ਆਖਿਆ ਗਿਆ ਜਿੰਨੀ ਤੱਕ ਮੁਲਜ਼ਮ ਨਹੀਂ ਫੜੇ ਜਾਣਗੇ ਅਤੇ ਅਸੀਂ ਪੋਸਟਮਾਰਟਮ ਨਹੀਂ ਕਰਾਵਾਂਗੇ ਇਹਦੇ ਬਾਰੇ ਕਿਵੇਂ ਦੇਖਦੇ ਨਹੀਂ ਸਾਡੀ ਟੀਮ ਤੁਸੀਂ ਸਵੇਰ ਤੋਂ ਲੱਗੇ ਰਾਤ ਤੋਂ ਹੀ ਲੱਗੇ ਹੋਏ ਹਾਂ ਅਸੀਂ ਸਾਨੂੰ ਪੂਰੀ ਉਮੀਦ ਹੈ ਵੀ ਅਸੀਂ ਜਲਦੀ ਦੋਸ਼ੀਆਂ ਨੂੰ ਫੜ ਲਾਂਗੇ ਅਤੇ ਸਰ ਹੁਣ ਤੱਕ ਕੋਈ ਮੁਲਜ਼ਮ ਗ੍ਰਿਫਤਾਰ ਹੋਇਆ ਜੀ ਨਹੀਂ ਹਲੇ ਕੋਈ ਟੀਮ 'ਚ ਗਈਆਂ ਹੋਈਆਂ ਮੇਰੀ ਆ ਰਹੇ ਹਾਂ ਅਸੀਂ ਮੈਂ ਕੁਝ ਰੇਡ 'ਤੇ ਜਾ ਕੇ ਹਾਂ ਹੋਪਫੁਲੀ ਅਸੀਂ ਜਲਦੀ ਕੰਮ ਕਰ ਲਾਂਗੇ ਅਤੇ ਸਰ ਮੇਨ ਪਹਿਲਾਂ ਕੋਈ ਰੰਜਿਸ਼ ਵਗੈਰਾ ਜਾਂ ਹੋਵੇ ਉਹਨਾਂ ਦੀ ਕੀ ਪੂਰਾ ਸਾਹਮਣੇ ਆਇਆ ਤੁਹਾਨੂੰ ਤੇ ਕੋਈ ਰੰਜਿਸ਼ ਨਹੀਂ ਇਹ ਤਾਂ ਹੀਟ ਆਫ ਐਕਸਚੇਂਜ ਹੋਇਆ ਦੋਨਾਂ ਦਾ ਜਦੋਂ ਇੱਕ ਬੰਦਾ ਇੱਕ ਡੈਕ ਉੱਚੀ ਲਾ ਰਹੀ ਸੀ ਗਾਣੇ 'ਚ ਦੂਜੀ ਧਿਰ ਨੇ ਉਹਨੂੰ ਰੋਕਿਆ ਐਸੇ ਰੰਜਿਸ਼ ਹੋ ਜੀ ਪਹਿਲਾਂ ਹੱਥੋਂ ਪਾਈ ਹੋਈ ਫਿਰ ਦੁਬਾਰਾ ਇਕੱਠੇ ਹੋ ਕੇ ਦੋਨੇ ਪਾਰਟੀਆਂ ਨੂੰ ਸੱਟਾਂ ਮਾਰੀਆਂ ਜਿਸ ਕਾਰਨ ਉਹਦੀ ਜ਼ਿਆਦਾ ਸੱਟਾਂ ਲੱਗਣ ਕਾਰਨ ਡੈਥ ਹੋ ਗਈ ਅਸੀਂ ਥਾਣਾ ਸਦਰ ਦੇ SHO ਜਿਨ੍ਹਾਂ ਨਾਲ ਪੂਰੀ ਮਾਮਲੇ ਬਾਰੇ ਗੱਲਬਾਤ ਕੀਤੀ ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV YouTube Facebook Instagram X और WhatsApp चैनल पर।